ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਹੀਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ। ਸਰਕਾਰ ਨੇ ਉਦੋਂ ਤਾਂ ਇਹਦਾ ਕੁਛ ਨਹੀਂ ਮਿਲਿਆ, ਹੁਣ ਜਦੋਂ ਉਹ ਜੇਲ੍ਹ 'ਚ ਹੈ ਤੇ ਕਹਿੰਦੇ ਆ ਜੀ ਇਹਨਾਂ ISI ਨਾਲ ਸੰਬੰਧ ਬਣਾ ਲਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਜਥੇਦਾਰ ਗੁਰਚਰਨ ਸਿੰਘ ਟੌੜਾ ਦੀ ਜਨਮ ਪਹਿਲੀ ਜਨਮ ਸ਼ਤਾਬਦੀ 'ਤੇ ਇਕੱਠੀ ਹੋਈ ਸਾਧ ਸੰਗਤ ਜੀ, ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਅੱਜ ਆਪਾਂ ਉਰੇ ਇਕੱਠੇ ਹੋਏ ਹੈ ਕਿ ਜੋ ਵਿਚਾਰਾਂ ਕਰਨੀਆਂ ਹੈ ਕਿ ਜੋ ਅਕਾਲੀ ਦਲ ਵਿੱਚ ਨਿਘਾਰ ਆਇਆ ਹੈ। ਸਾਧ ਸੰਗਤ ਤੁਸੀਂ ਹੁਣ ਵੀ ਦੇਖ ਲਓ ਕਿ ਅਕਾਲੀ ਦਲ ਦਾ ਪ੍ਰਧਾਨ ਤਨਖਾਹੀਆ ਕਰਾਰ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਛੱਡਣ ਨੂੰ ਤਿਆਰ ਨਹੀਂ ਹੈ, ਅਸਤੀਫਾ ਨਹੀਂ ਦੇ ਰਿਹਾ। ਸਾਧ ਸੰਗਤ ਇਹਨਾਂ ਨੇ ਵੀ, ਬਾਦਲ ਪਰਿਵਾਰ ਨੇ ਜਿਹੜੀ ਪੰਥ ਦੀ ਵੋਟ ਸੀ ਉਹਨੂੰ ਤਾਂ ਇਹ ਸਮਝ ਲਿਆ ਸੀ ਵੀ ਇਹ ਕਿਤੇ ਨਹੀਂ ਜਾ ਸਕਦੀ। ਇਹਨਾਂ ਨੇ ਸਿਰਫ ਇੱਕ ਸੌਦਾ ਸਾਧ ਦੀਆਂ ਵੋਟਾਂ ਲੈਣ ਵਾਸਤੇ ਪੰਥ ਨੂੰ ਦਾਅ ਤੇ ਲਾਤਾ ਸੀ ਤੇ ਜਿਹਦਾ ਅੱਜ ਨਤੀਜਾ ਆ ਚੁੱਕਿਆ ਹੈ ਕਿ ਪੰਥ ਜਾ ਗਿਆ। ਇਹਨਾਂ ਨੇ ਮਹਾਰਾਜ ਦੀਆਂ ਬੇਅਦਬੀਆਂ ਕਰਾਈਆਂ, ਦੋਸ਼ੀਆਂ ਨੂੰ ਜਿਹੜੇ ਕਿ ਪੁਲਿਸ ਨੇ ਫੜ ਲਏ ਸੀ ਇਹਨਾਂ ਨੇ ਛੁਡਵਾਏ, ਉਹ ਕਿ ਬਾਬਾ ਨਾ ਨਾਰਾਜ਼ ਹੋ ਜਾਵੇ, ਇਹੋ ਜਿਹੇ ਬਹੁਤ ਕੁਛ ਇਹਨਾਂ ਨੇ ਕੀਤਾ ਤੇ ਜੋ ਹੁਣ ਜੱਗ ਜ਼ਾਹਰ ਹੋ ਚੁੱਕਿਆ ਹੈ। ਤੇ ਹੁਣ ਇਹ ਮਸਲਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਹੈ ਜੋ ਕਿ ਇਹਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ। ਸਾਧ ਸੰਗਤ ਇੰਨਾ ਵੀ ਕੀ ਮੋਹ ਕੁਰਸੀ ਨਾਲ, ਮੈਂ ਤਾਂ ਸਮਝਦਾ ਵੀ ਜਿਹੜੇ ਦੋਸ਼ੀ ਕਰਾਰ ਦਿੱਤੇ ਗਏ ਪ੍ਰਧਾਨ ਦੇ ਥੱਲੇ ਕੰਮ ਕਰਨਗੇ ਮੇਰੇ ਹਿਸਾਬ ਨਾਲ ਉਹ ਵੀ ਬਰਾਬਰ ਦੇ ਦੋਸ਼ੀ ਹੈ। ਬਾਕੀ ਸਾਧ ਸੰਗਤ ਜੀ ਤੁਸੀਂ ਆਪ ਸਿਆਣੇ ਹੋ ਕਿ ਜੋ ਵੀ ਇਹ ਇੰਨਾ ਵੀ ਅਕਾਲੀ ਦਲ ਦਾ ਜਾਂ ਕੁਰਸੀ ਦਾ ਮੋਹ ਨਹੀਂ ਹੋਣਾ ਚਾਹੀਦਾ, ਬਥੇਰਾ ਕੁਛ ਬਣਾ ਲਿਆ ਇਹਨਾਂ ਨੇ। ਦੂਜੀ ਗੱਲ ਸਾਧ ਸੰਗਤ ਜੀ, ਜਿਹੜੇ ਆਪਣੇ ਬੰਦੀ ਸਿੰਘ ਹੈ NSA ਵਧਾਈ ਹੈ ਉਹਦੇ ਵਿੱਚ ਹੁਣ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਨੇ ਧਮਕੀ ਦਿੱਤੀ ਹੈ। ਇਹ ਬਿਲਕੁਲ ਬੇਤੁਕੀਆਂ ਗੱਲਾਂ ਹੈ ਸਾਧ ਸੰਗਤ, ਇਹ ਸਿਰਫ ਇੱਕ ਬਹਾਨਾ ਹੈ ਕਿ ਇਹਨਾਂ ਕੋਲ ਹੋਰ ਕੋਈ ਗੱਲ ਨਹੀਂ ਹੈ। ਇਹਨਾਂ ਨੇ ਭਗਵੰਤ ਮਾਨ ਨੂੰ ਇਹ ਕਿਹਾ ਸੀ ਬਈ ਜਿਵੇਂ ਬੇਅੰਤ ਸਿੰਘ ਜ਼ੁਲਮ ਕਰਦਾ ਸੀ ਤੂੰ ਉਹ ਰਾਵਾਂ ਤੇ ਤੁਰ ਪਿਆ ਹੈ, ਕਿਤੇ ਤੇਰਾ ਹਾਲ ਵੀ ਬੇਅੰਤ ਸਿੰਘ ਵਾਲਾ ਨਾ ਹੋ ਜਾਵੇ। ਇਹ ਗੱਲ ਕਹੀ ਸੀ, ਇਹ ਨਹੀਂ ਸੀ ਕਿਹਾ ਵੀ ਮੈਂ ਤੇਰਾ ਹਾਲ ਬੇਅੰਤ ਸਿੰਘ ਵਾਲਾ ਕਰੂੰਗਾ। ਇਹ ਗੱਲ ਝੂਠੀ, ਇਹਨਾਂ ਨੇ ਸਿਰਫ NSA ਵਧਾਉਣ ਲਈ ਉਹ ਝੂਠਾ ਬਿਆਨ ਦਿੱਤਾ ਜੋ ਕਿ ਮੈਂ ਨਹੀਂ ਸਮਝਦਾ ਵੀ CM ਦਾ
ਮੌਜੂਦਾ ਸੀਐਮ ਹੋਵੇ ਤੇ ਇਹ ਜੀ ਕੋਰਟ ਦੇ ਵਿੱਚ ਬਿਆਨਬਾਜ਼ੀ ਕਰੇ ਜੋ ਕਿ ਬਿਲਕੁਲ ਵੀ ਠੀਕ ਨਹੀਂ ਲੱਗਦੀ। ਹੋਰ ਵੀ ਸਾਧ ਸੰਗਤ ਜੀ ਆਪਣੇ ਹੋਰ ਵੀ ਸਿੰਘ ਹੈ, ਇਕੱਲਾ ਅੰਮ੍ਰਿਤਪਾਲ ਨਹੀਂ ਹੈ, ਪੰਜਾਬ ਦੀਆਂ ਜੇਲ੍ਹਾਂ 'ਚ ਵੀ 60 ਦੇ ਕਰੀਬ ਸਿੰਘ ਹੈ ਜਿਹੜੇ ਅੰਮ੍ਰਿਤਪਾਲ ਦੇ ਨਾਲ ਸੀ। 10 ਕੁ ਤਾਂ ਥੋੜ੍ਹੇ ਜਿਹੇ ਤਾਂ ਡਿਬਰੂਗੜ੍ਹ ਹੈ, ਬਾਕੀ ਪੰਜਾਬ 'ਚ ਵੀ ਬਹੁਤ ਹੈ। ਅੰਮ੍ਰਿਤਸਰ ਦੀ ਜੇਲ੍ਹ 'ਚ ਸਰਕਾਰ ਤਾਂ ਉਹਨਾਂ ਨੂੰ ਵੀ ਛੱਡਣ ਦਾ ਨਾਂ ਨਹੀਂ ਲੈ ਰਹੀ, ਜਦੋਂ ਕਿ ਉਹਨਾਂ ਦਾ ਕੋਈ ਐਡਾ ਦੋਸ਼ ਨਹੀਂ ਹੈ। ਇਹਨਾਂ ਨੇ ਪਹਿਲੀ ਗੱਲ ਤਾਂ ਸਾਧ ਸੰਗਤ, ਜਦੋਂ ਅੰਮ੍ਰਿਤਪਾਲ ਬਾਹਰ ਸੀ, ਜਦੋਂ ਇਹ ਫੜਿਆ, ਇਹਦੇ ਸਾਰਾ ਕੁਛ ਫਰੋਲਾ ਫਰਾਲੀ ਕੀਤੀ ਸਰਕਾਰ ਨੇ, ਉਦੋਂ ਤਾਂ ਇਹਦਾ ਕੁਛ ਨਹੀਂ ਮਿਲਿਆ। ਹੁਣ ਜਦੋਂ ਉਹ ਜੇਲ੍ਹ 'ਚ ਹੈ ਤੇ ਕਹਿੰਦੇ ਆ ਜੀ ਇਹਨਾਂ ISI ਨਾਲ ਸੰਬੰਧ ਬਣਾ ਲਏ, ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਇਹ, ਕਿ ਆਪਣੀਆਂ ਨਾਕਾਮੀਆਂ 'ਚ ਪਾਉਣ ਵਾਸਤੇ ਸਰਕਾਰ ਐਵੇਂ ਦੇ ਕੰਮ ਕਰੇ। ਆਪ ਤਾਂ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋ ਸਕੇ, ਉਹਨਾਂ ਤੋਂ ਲੋਕਾਂ ਦਾ ਧਿਆਨ ਬਦਲਣ ਵਾਸਤੇ, ਡਾਈਵਰਟ ਕਰਨ ਵਾਸਤੇ ਇਹ ਸਭ ਦੋਸ਼ ਲਾਏ ਜਾ ਰਹੇ ਹੈ। ਪਹਿਲਾਂ ਕਹਿੰਦਾ ਸੀ ਮੈਂ ਨੌਕਰੀਆਂ ਦਊ, ਮੈਂ ਬਹੁਤ ਕੁਛ ਕਰੂੰ, ਭੱਜ ਕੇ ਟੈਂਕੀ 'ਤੇ ਚੜ ਜਾਂਦਾ ਸੀ। ਹੁਣ ਕਿੱਥੇ ਗਈਆਂ ਉਹ ਗੱਲਾਂ, ਕਿੱਥੇ ਗਈਆਂ ਉਹ ਨੌਕਰੀਆਂ? ਅੱਗੇ ਤਾਂ ਕਹਿੰਦਾ ਸੀ ਪੰਜਾਬ ਕੋਲ ਰੇਤਾ ਇੰਨਾ, ਮੈਂ ਤਾਂ ਰੇਤੇ ਦੇ ਸਿਰ 'ਤੇ ਹੀ ਸਰਕਾਰ 'ਚ ਲਾ ਲੂੰਗਾ। ਕਿੱਧਰ ਗਈਆਂ ਉਹ ਗੱਲਾਂ ਸਾਰੀਆਂ ਸਾਧ ਸੰਗਤ? ਸਿਰਫ ਇਹਨੂੰ ਕੁਰਸੀ ਦੀ ਭੁੱਖ ਸੀ, ਜੋ ਕਿ ਹੁਣ ਜੱਗ ਜ਼ਹਿਰ ਹੋ ਚੁੱਕੀ ਹੈ। ਆਉਣ ਵਾਲਾ ਸਮਾਂ ਸਾਧ ਸੰਗਤ, ਮੈਂ ਇੱਕ ਹੀ ਬੇਨਤੀ ਕਰਨੀ ਹੈ ਹੁਣ, ਕਿ ਆਪਾਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ ਜੇ ਆਪਾਂ ਕੁਛ ਕਰਨਾ ਹੈ। ਜੇ ਅਕਾਲੀ ਦਲ ਨੂੰ ਮੁੜ ਸੁਰਜਿਤ ਕਰਨਾ ਹੈ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਹੈ, ਤਾਂ ਹੀ ਆਪਾਂ ਅਕਾਲੀ ਦਲ ਨੂੰ ਬਚਾ ਸਕਦੇ ਹਾਂ। ਕਿਉਂਕਿ ਜੋ ਹਾਲ ਇਸ ਟਾਈਮ ਅਕਾਲੀ ਦਲ ਦਾ ਹੈ, ਬਹੁਤ ਮਾੜਾ ਹਾਲ ਕਰਤਾ ਹੈ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ, ਜੋ ਨਹੀਂ ਹੋਣਾ ਚਾਹੀਦਾ ਸੀ। ਬਾਕੀ ਸਾਧ ਸੰਗਤ ਜੀ, ਆਸ ਕਰਦੇ ਹਾਂ ਕਿ ਆਪ ਸਭ ਸਾਥ ਦਊਂਗੇ, ਇਕੱਠੇ ਹੋ ਕੇ ਚੱਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।